ਹੈਲੋ एवरीवन ਵੈਲਕਮ ਟੂ ਸਟਡੀ ਸ਼ੌਟਸ ਹੇਅਰ ਸਟਡੀ ਬਿਕਮਸ ਈਜ਼ਰ ਆਪਾ ਪਹੁੰਚ ਚੁੱਕੇ ਹਾਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਫੀਸ਼ੀਅਲ ਵੈਬਸਾਈਟ ਤੇ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 30 ਅਪ੍ਰੈਲ ਤੋਂ ਜੀ ਪੇਪਰ ਸ਼ੁਰੂ ਹੋ ਰਹੇ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਿਹੜੇ ਕੋਰਸੇ ਦੇ ਪੇਪਰ ਸ਼ੁਰੂ ਹੋ ਰਹੇ ਹਨ ਜੀ ਇਹ ਹੋ ਰਹੇ ਹਨ ਐਡੀਸ਼ਨਲ ਇੰਪਰੂਵਮੈਂਟ ਤੇ 골ਡਨ ਚਾਂਸ ਵਾਲੇ ਡੈਫੀਸ਼ੈਂਟ ਵਾਲੇ ਐਨੂਅਲ ਸੈਮੈਸਟਰਸ ਦੇ ਐਨੂਅਲ ਦੇ ਤੇ ਕੁਝ ਸੈਮੈਸਟਰ ਦੇ ਜਿਹੜੇ ਪੇਪਰ ਹੈਗੇ ਉਹ ਸ਼ੁਰੂ ਹੋ ਰਹੇ ਹਨ ਜੀ ਕਿਹੜੇ ਕਿਹੜੇ ਕੋਰਸੇ ਦੇ ਪੇਪਰ ਬਾਕੀ ਡਿਟੇਲਡ ਇਨਸਟਰਕਸ਼ਨਸ ਕਿਹੜੀਆਂ ਰਹਿਣਗੀਆਂ ਉਹਦੀ ਵੀਡੀਓ ਵੀ ਆਪ ਅਪਲੋਡ ਕਰ ਚੁੱਕਿਆ ਹਾਂ ਉਹਦਾ ਵੀ ਲਿੰਕ ਤੁਹਾਨੂੰ ਐਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ ਵੀਡੀਓਜ਼ ਨੂੰ ਦੇਖੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਿਹੜੀ ਗੱਲ ਕਰਨ ਵਾਲੇ ਹਾਂ ਜੀ ਬਹੁਤ ਬੜਾ ਜ਼ਿਆਦਾ ਕੁਐਰੀ ਆ ਰਹੀ ਸੀ ਕਾਫੀ ਬੱਚੇ ਜਿਹੜੇ ਕਨਫਿਊਜ਼ ਹੈਗੇ ਇਸ ਦੇ ਵਿੱਚ ਕਿ ਉਹਨਾਂ ਨੂੰ ਆਪਣਾ ਸਬਜੈਕਟ ਕੋਡ ਆਪਣਾ ਪੇਪਰ ਕੋਡ ਨਹੀਂ ਪਤਾ ਚੱਲ ਰਿਹਾ ਕੀ ਹੁੰਦਾ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸਹੀ ਡੈਸ਼ਬੋਰਡ ਤੇ ਸਹੀ ਕੁਐਸਚਨ ਪੇਪਰ ਡਾਊਨਲੋਡ ਕਰਨਾ ਕਿਹੜੇ ਕੋਡ ਨੂੰ ਦੇਖ ਕੇ ਕੁਐਸਚਨ ਪੇਪਰ ਡਾਊਨਲੋਡ ਕਰਨਾ ਉਹਦੀ ਰਿਕਾਰਡਿੰਗ ਬਹੁਤ ਡਾਊਟਰ ਕਲੀਅਰ ਹੋ ਸਕੇ ਤੇ ਪਲੀਜ਼ ਇਹ ਵੀਡੀਓ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਇਹ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚ ਸਕੇ ਹਾਂਜੀ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਨੂੰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਜਿਸ ਨਾਲ ਤੁਹਾਨੂੰ ਔਨਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸੇਟ ਤੇ ਸਭ ਤੋਂ ਪਹਿਲਾਂ ਮਿਲੇਗੀ ਫੇਸਬੁੱਕ ਔਰ ਟੈਲੀਗ੍ਰਾਮ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜੇਗਾ ਇਹਦੀਆਂ ਤਿੰਨੋਂ ਡੈਸ਼ੀਟ ਐਨੂਅਲ ਦੀਆਂ ਪਾਰਟ 1 2nd ਔਰ 3rd ਤੇ ਰਿਵਾਈਜ਼ਡ ਡੈਸ਼ੀਟ ਜਿਹੜੀਆਂ ਨੇ ਉਹ ਆਪ ਆਪਣੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦਿੱਤੀਆਂ ਨੇ 1 ਬਾਰੇ ਤੇ ਕਿਸ ਤਰ੍ਹਾਂ ਤੁਸੀਂ ਆਪਣੀ ਸਹੀ ਡੇਟਸ਼ੀਟ ਜਿਹੜੀ ਆ ਡਾਊਨਲੋਡ ਕਰਨੀ ਹੈ ਇਹਦੇ ਵਿੱਚ ਜਿਹੜੇ ਪੇਪਰ 30 ਅਪ੍ਰੈਲ ਤੋਂ ਸ਼ੁਰੂ ਹੋਣੇ ਆ ਜੇ ਉਹ ਵਾਲੀ ਡੇਟਸ਼ੀਟ ਤੋਂ ਪਹਿਲਾਂ ਜਿਹੜੇ ਪੇਪਰ ਆਲਰੇਡੀ ਚੱਲ ਰਹੇ ਆ ਤੇ ਜਿਨ੍ਹਾਂ ਦਾ ਪੇਪਰ ਆਲਰੇਡੀ ਅਪਲੋਡ ਹੋ ਚੁੱਕਿਆ ਹੈ ਯਾਨੀ ਕਿ ਅੱਜ ਦੇ ਦਿਨ ਜਿਨ੍ਹਾਂ ਦਾ ਪੇਪਰ ਹੋਣਾ ਸੀ ਆਪਾਂ ਪਹਿਲਾਂ ਉਹਦੀ ਐਗਜ਼ਾਮਪਲ ਦੇ ਥਰੂ ਤੁਹਾਨੂੰ ਸਮਝਾਉਣੀ ਹੈ ਕਿ ਕਿਹੜਾ ਸਬਜੈਕਟ ਕੋਡ ਹੈ ਤੇ ਕਿਸ ਤਰ੍ਹਾਂ ਕੋਡ ਦੇਖ ਕੇ ਤੁਸੀਂ ਆਪਣਾ ਕੁਐਸਚਨ ਪੇਪਰ ਡਾਊਨਲੋਡ ਕਰਨਾ ਹੈ ਤੇ ਫਿਰ ਮੈਂ ਤੁਹਾਨੂੰ ਥੋੜੀ ਡੇਟਸ਼ੀਟ ਦੇ ਵਿੱਚ ਵੀ ਸ਼ੋ ਕਰ ਦਾਂ ਕਿ ਤੁਹਾਡਾ ਜਿਹੜਾ ਕੋਡ ਹੈ ਉਹ ਕਿਹੜਾ ਰਹ ਤੇ ਕਲਿੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ 28 4 2021 ਨੂੰ ਇਸ ਕੋਰਸ ਦਾ ਜਿਹੜਾ ਪੇਪਰ ਸੀਗਾ ਤੇ ਉਸ ਪੇਪਰ ਦਾ ਤੁਸੀਂ ਉਹ ਰਿਕੋਰਡ ਦੇ ਸਕਦੇ ਹੋ ਜਿਹੜੇ ਬਿਲਕੁਲ ਇਸ ਸਬਜੈਕਟ ਦੇ ਨਾਮ ਦੇ ਬਿਲਕੁਲ ਨਾਲ ਲਿਖਿਆ ਹੋਇਆ ਹੈ 10619 ਐਨ ਐਨ ਸਲੈਸ਼ ਪਾ ਕੇ ਦੈਨ ਐਨ ਐਨ ਤੇ ਇਹ ਪੇਪਰ ਦਾ ਨਾਮ ਹੈ ਕੰਪਲੀਟ ਕੰਪੈਰੀਟਿਵ ਪਬਲਿਕ ਲਾਅ ਇਹ ਪੇਪਰ ਦੇ ਨਾਮ ਦੇ ਨਾਲ ਹੀ ਬਿਲਕੁਲ ਕੋਡ ਲਿਖਿਆ ਹੋਇਆ ਹੈ ਤੇ ਇਹਨੂੰ ਕਹਿੰਦੇ ਆ ਜੀ ਸਬਜੈਕਟ ਕੋਡ ਸਬਜੈਕਟ ਦੇ ਨੇਮ ਦੇ ਨਾਲ ਜਿਹੜਾ ਕੋਡ ਲਿਖਿਆ ਹੁੰਦਾ ਜੀ ਉਹ ਹੁੰਦਾ ਹੈ ਸਬਜੈਕਟ ਕੋਡ ਇਸ ਕੋਡ ਨੂੰ ਦੇਖ ਕੇ ਤੁਸੀਂ ਆਪਣੀ ਡੇਟਾਸ਼ੀਟ ਜਿਹੜੀ ਆ ਉਹ ਡਾ ਹਾਂ ਜਿਵੇਂ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਫੀਸ਼ੀਅਲ ਵੈਬਸਾਈਟ ਤੇ ਪਹੁੰਚਦੇ ਤਾਂ ਤੁਹਾਨੂੰ ਇੱਥੇ 3 ਲਾਈਨਸ ਵਾਲਾ ਰਾਈਟ ਸਾਈਡ ਤੇ ਇੱਕ ਆਪਸ਼ਨ ਦਿਖਾਈ ਦੇ ਰਿਹਾ ਹੋਵੇਗਾ ਜਿਵੇਂ ਆਪਾਂ ਇਸ ਤੇ ਕਲਿੱਕ ਕਰਦੇ ਹਾਂ ਤਾਂ ਉਸ ਤੋਂ ਅੱਗੇ ਐਗਜ਼ਾਮੀਨੇਸ਼ਨ ਦੇ ਵਿੱਚ ਆਪਾਂ ਜਾਵਾਂਗੇ ਐਗਜ਼ਾਮੀਨੇਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਡੈਸ਼ ਬੀਟ ਤੇ ਆਪਾਂ ਕਲਿੱਕ ਕਰਾਂਗੇ ਤੇ ਡੇਸ਼ ਸ਼ੀਟ ਜਿਵੇਂ ਆਪਾਂ ਕਲਿੱਕ ਕਰਦੇ ਇਸ ਤਰ੍ਹਾਂ ਆਪਣੇ ਸਾਹਮਣੇ ਡੇਸ਼ ਸ਼ੀਟਸ ਓਪਨ ਹੋ ਜਾਂਦੀਆਂ ਨੇ ਤੇ ਇਹਦੇ ਵਿੱਚ ਤੁਹਾਨੂੰ ਇੱਥੇ ਆਪਸ਼ਨ ਦਿਖਾਈ ਦੇ ਰਿਹਾ ਹੋਗਾ ਅਦਰਸ ਤਾਂ ਤੁਸੀਂ ਇਸ ਅਦਰਸ ਤੇ ਜਾਓਗੇ ਤਾਂ ਅਦਰਸ ਤੇ ਜਾ ਕੇ ਤੁਹਾਨੂੰ ਇੱਥੇ ਸਾਰੇ ਆਪਣੇ ਪੇਪਰ ਵਾਲੇ ਦਿਨ ਤੁਹਾਨੂੰ ਕੁਐਸਚਨ ਪੇਪਰ ਮਿਲ ਜਾਣਗੇ ਹੁਣ ਆਪਾਂ ਐਲ ਐ ਐਮ ਦੇ 1 ਇਅਰ ਕੋਰਸ ਵਾਲਾ ਪੇਪਰ ਦੇਖਿਆ ਸੀ ਤਾਂ ਤੁਸੀਂ ਇੱਥੇ ਤੀਸਰੇ ਨੰਬਰ ਤੇ ਦੇਖ ਸਕਦੇ ਹੋ ਦੇਖੋ ਇੱਥੇ ਲਿਖਿਆ ਹੋਇਆ ਐਲ ਐ ਐਮ 1 ਇਅਰ ਸੈਮੈਸਟਰ 1 ਇਹਦਾ ਜਿਹੜਾ ਪੇਪਰ ਅਪਲੋਡ ਹੋ ਚੁੱਕਿਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਉਸ ਤੋਂ ਅੱਗੇ ਜਿਹੜਾ ਉਹ ਸਬਜੈਕਟ ਕੋਡ ਜਿਹੜਾ ਮੈਂਸ਼ਨ ਕੋਰਸ ਦੇ ਨਾਮ ਤੋਂ ਪਹਿਲਾਂ ਇਸੇ ਤਰ੍ਹਾਂ ਥੋੜਾ ਕੋਰਸ ਵੀ ਇੱਥੇ ਕੋਰਸ ਦੇ ਮੂਹਰੇ ਥੋੜਾ ਕੋਡ ਵੀ ਜਿਹੜਾ ਉਹ ਮੈਂਸ਼ਨ ਹੋਏਗਾ ਇਸ ਸਬਜੈਕਟ ਕੋਡ ਨੂੰ ਦੇਖ ਕੇ ਤੁਸੀਂ ਆਪਣਾ ਕੁਐਸਚਨ ਪੇਪਰ ਡਾਊਨਲੋਡ ਕਰਨਾ ਹੈ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਉਹਨਾਂ ਐਗਜ਼ਾਮਜ਼ ਦੀ ਜਿਹੜੀ 30 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆ ਹਾਂਜੀ ਆਪਾਂ ਓਪਨ ਕਰ ਲੈਨੇ ਆ ਬੀਏ ਪਾਰਟ 3 ਐਨੂਅਲ ਦੀ ਡੈਸ਼ ਸ਼ੀਟ ਤੁਸੀਂ ਦੇਖ ਸਕਦੇ ਹੋ ਆਪਣੇ ਸਾਹਮਣੇ ਜਿਹੜੀ ਆ ਆਪਣੀ ਡੈਸ਼ ਸ਼ੀਟ ਜਿਹੜੀ ਓਪਨ ਹੋ ਚੁੱਕੀ ਹੈ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ 1 ਮਈ ਵਾਲੇ ਪੇਪਰ ਦੀ ਗੱਲ ਕਰ ਲੈਨੇ ਆ ਜੀ 1 ਮਈ ਵਾਲਾ ਪੇਪਰ ਜਿਹੜਾ ਹੈਗਾ ਆ ਰਿਹਾ ਜੀ 1 ਮਈ ਦਾ ਪੋਲੀਟੀਕਲ ਸਾਇੰਸ ਪੇਪਰ A ਦਾ ਜਿਹੜਾ ਪੇਪਰ ਹੋਣਾ ਤੇ ਇਹਦੇ ਵਿੱਚ ਤੁਸੀਂ ਦੇਖੋ ਆ ਜਿਹੜਾ ਨਾਮ ਲਿਖਿਆ ਹੋਇਆ ਇਹ ਹੈਗਾ ਜੀ ਨਾਮ ਪੇਪਰ ਦਾ ਸਬਜੈਕਟ ਨੇਮ ਹੈਗਾ ਤੇ ਨਾਲ ਸਾਈਡ ਤੇ ਆ ਬ੍ਰੈਕਟ ਦੇ ਵਿੱਚ ਇੱਕ ਨੰਬਰ ਪਾਇਆ ਹੋਇਆ ਜੀ 285 ਤੇ ਇਹ ਹੈਗਾ ਜੀ ਸਬਜੈਕਟ ਕੋਡ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਇਲੈਕਟਿਵ ਪੇਪਰ A ਇੱਥੇ ਵੀ 279 ਇਸ ਤਰ੍ਹਾਂ ਅੱਗੇ 299 ਤੇ ਇਲੈਕਟ ਕੋਡ ਪਾਏ ਹੋਏ ਨੇਗੇ ਸਬਜੈਕਟ ਦੇ ਨੀਮ ਦੇ ਨਾਲ ਇਹ ਹੁੰਦਾ ਜੀ ਤੁਹਾਡਾ ਸਬਜੈਕਟ ਕੋਡ ਤਾਂ ਇਹ ਸਬਜੈਕਟ ਕੋਡ ਨੂੰ ਦੇਖ ਕੇ ਹੀ ਤੁਸੀਂ ਆਪਣਾ ਕੁਐਸਚਨ ਪੇਪਰ ਜਿਹੜਾ ਉਹ ਡਾਊਨਲੋਡ ਕਰਨਾ ਹੈ ਤਾਂ ਤੁਸੀਂ ਜਿਸ ਦਿਨ ਤੁਹਾਡਾ ਪੇਪਰ ਹੋਏਗਾ ਤਾਂ ਉਸ ਦਿਨ ਤੁਹਾਡਾ ਜਿਹੜਾ ਪੇਪਰ ਦਾ ਜਨਾਮ ਹੈ ਉਹ ਲਿਖਿਆ ਆਏਗਾ ਪੋਲੀਟੀਕਲ ਸਾਇੰਸ ਪੇਪਰ A ਤਾਂ ਉਸ ਦੇ ਅੱਗੇ ਸਭ ਤੋਂ ਪਹਿਲਾਂ ਕੋਡ ਲਿਖਿਆ ਹੋਏਗਾ 285 ਤਾਂ 285 ਤੇ ਕਲਿੱਕ ਕਰਕੇ ਤੁਸੀਂ ਆਪਣਾ ਕੁਐਸਚਨ ਪੇਪਰ ਡਾਊਨਲੋਡ ਕਰਨਾ ਹੈ ਇਹ ਜਿਹੜੀ ਆਪਾਂ ਡੇਟ ਸ਼ੀਟ ਓਪਨ ਕੀਤੀ ਹੋਈ ਹੈ ਜੀ ਇਹ ਹੈਗੀ ਹੈ BA Part 3 Annual ਦੀ ਡੇਟ ਸ਼ੀਟ ਹੈ ਜਿਹੜੀ ਕਿ ਐਡੀਸ਼ਨਲ ਇੰਪਰੂਵਮੈਂਟ ਤੇ 골ਡਨ ਚਾਂਸ ਵਾਲਿਆਂ ਦੀ ਡੇਟ ਸ਼ੀਟ ਹੈ ਜਿਨ੍ਹਾਂ ਨੇ April 2020 September 2020 April 2021 ਦੀ ਪ੍ਰੀਖਿਆਵਾਂ ਲਈ ਅਪੀਅਰ ਹੋਣ ਲਈ ਪ੍ਰਕਿਆ ਸ਼ੁਰੂ ਪਰਿਆ ਸੀ ਤਾਂ ਹੁਣ ਤੁਹਾਨੂੰ ਸਬਜੈਕਟ ਕੋਡ ਕੀ ਹੁੰਦਾ ਤੇ ਸਬਜੈਕਟ ਕੋਡ ਨੂੰ ਦੇਖ ਕੇ ਆਪਣੀ ਰਾਈਟ ਸ਼ੀਟ ਜਿਹੜੀ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰਨੀ ਆ ਉਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋएगी ਹਾਂਜੀ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆ ਪੇਪਰ ਕੋਡ ਕੀ ਹੁੰਦਾ ਪੇਪਰ ਕੋਡ ਸਬਜੈਕਟ ਕੋਡ ਨਾਲੋਂ ਕਿਵੇਂ ਅਲੱਗ ਹੁੰਦਾ ਹਾਂਜੀ ਪੇਪਰ ਕੋਡ ਨੂੰ ਸਮਝ ਲਿਆ ਆਪਾਂ ਉਹੀ ਵਾਲਾ ਜਿਹੜਾ ਓਪਨ ਕਰ ਲੈਨੇ ਆ LLM 1st ਇਅਰ ਸੈਮੈਸਟਰ 1 ਸਿਲੇਬਸ ਡਿਸੰਬਰ 2019 ਇਹ ਵਾਲਾ ਪੇਪਰ ਜਿਹੜਾ ਕੁਐਸਚਨ ਪੇਪਰ ਆਪਾਂ ਓਪਨ ਕਰ ਲੈਨੇ ਆ ਜੀ ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਨੰਬਰ ਇੱਥੇ ਪਾਇਆ ਹੋਇਆ ਆਪਾਂ ਡੇਟ ਸ਼ੀਟ ਦੇ ਵਿੱਚ ਚੈੱਕ ਕੀਤਾ ਸੀ ਇਹ ਡੇਟ ਸ਼ੀਟ ਦੇ ਵਿੱਚ ਸਬਜੈਕਟ ਦੇ ਨਾਲ ਹੀ ਨੰਬਰ ਲਿਖਿਆ ਹੋਇਆ ਸੀ that means ਇਹ ਸਬਜੈਕਟ ਕੋਡ ਹੋਇਆ ਤੇ ਉਸ ਨੂੰ ਦੇਖ ਕੇ ਹੀ ਆਪਾਂ ਆਪਣਾ ਕੁਐਸਚਨ ਪੇਪਰ ਜਿਹੜਾ ਇਹ ਡਾਊਨਲੋਡ ਕਰਨਾ ਹੈ ਤੇ ਕੁਐਸਚਨ ਪੇਪਰ ਡਾਊਨਲੋਡ ਕਰਨ ਤੋਂ ਬਾਅਦ ਜਿਹੜਾ ਇਹ ਵਾਲਾ ਕੋਡ ਆਪਾਂ ਨੂੰ ਇੱਕ ਹੋਰ ਕੁਇਸਚਨ ਪੇਪਰ ਤੇ ਹੀ ਸਾਨੂੰ ਦਿਖਿਆ ਲਿਖਿਆ ਹੋਇਆ ਦਿਖੇ ਉਸ ਆਪਣਾ ਪੇਪਰ ਕੋਡ ਤੇ ਜਿਹੜਾ ਆਪਾਂ ਨੂੰ ਸਬਜੈਕਟ ਦੇ ਨੇਮ ਦੇ ਨਾਲ ਸ਼ੋ ਹੁੰਦਾ ਜੀ ਉਸ ਨੂੰ ਆਪਾਂ ਕਹਿੰਦੇ ਆ ਸਬਜੈਕਟ ਕੋਡ ਤੇ ਸਬਜੈਕਟ ਕੋਡ ਨੂੰ ਦੇਖ ਕੇ ਜੋ ਪੇਪਰ ਦੇ ਨੇਮ ਦੇ ਨਾਲ ਥੋੜੀ ਡੈਸ਼ ਸ਼ੀਟ ਦੇ ਵਿੱਚ ਕੋਡ ਸ਼ੋ ਹੋ ਰਿਹਾ ਉਸ ਕੋਡ ਨੂੰ ਦੇਖ ਕੇ ਤੁਸੀਂ ਤੁਸੀਂ ਆਪਣਾ ਜਿਹੜਾ ਕੁਇਸਚਨ ਪੇਪਰ ਹੈ ਉਹ ਡਾਊਨਲੋਡ ਕਰਨਾ ਹੈ ਆਈ ਥਿੰਕ ਪੇਪਰ ਕੋਡ ਤੇ ਸਬਜੈਕਟ ਕੋਡ ਨੂੰ ਲੈ ਕੇ ਤੁਹਾਡੀ ਕੁਇਰੀ ਜਿਹੜੀ ਕਲੀਅਰ ਹੋ ਗਈ ਹੋएगी ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਸਬਜੈਕਟ ਕੋਡ ਕਿਸ ਤਰ੍ਹਾਂ ਦੇਖਣਾ ਹੈ ਤੇ ਸਬਜੈਕਟ ਕੋਡ ਨੂੰ ਦੇਖ ਕੇ ਸਹੀ ਡੈਸ਼ ਸ਼ੀ ਹੋਈ ਹੋਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰਿਆਂ ਦੀ ਹੀ ਰੌਟਸ ਕਲੀਅਰ ਹੋ ਸਕਣ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਫੇਸਬੁੱਕ ਤੇ ਟੈਲੀਗ੍ਰਾਮ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਥੈਂਕ ਯੂ